ਸਬੂਤ ਦਾ ਦਾਵਾ ਕੀਤਾ। ਕੋਈ ਬੰਦਾ ਉਹਦੇ ਕੋਲ ਗਿਆ, ਉਸ ਆਖਿਆ ਬਈ ਤੂੰ ਨਬੀ ਹੈ? ਉਸ ਆਖਿਆ ਹਾਂ ਨਬੀ ਹਾਂ। ਉਸ ਆਖਿਆ ਫਿਰ ਕੋਈ ਨਬੂਤ ਦਾ ਮੌਜਦਾ ਤਾਂ ਵਿਖਾ। ਇਹ ਨਬੀਆਂ ਕੋਲ ਮੌਜਦੇ ਹੁੰਦੇ, ਕੋਈ ਤੇਰੇ ਕੋਲ ਮੌਜਦਾ ਹੈ? ਇਹ ਖਬਰ ਇਮਾਮ ਹਨੀਫਾ ਤੱਕ ਪਹੁੰਚ ਗਈ। ਇਮਾਮ ਆਲਮ ਨੇ ਫਤਵਾ ਜਾਰੀ ਕੀਤਾ, ਸੁਣੋ ਦਿਲ ਦੇ ਕੰਨਾਂ ਨਾਲ ਸੁਣੋ, 87 ਦੇ ਮੁਸਲਮਾਨੋ ਫਤਵਾ ਸੁਣੋ, ਚੜਿਓਟੀ ਦਾ ਫਤਵਾ ਨਹੀਂ, ਇਮਾਮ ਆਲਮ ਅਬੂ ਹਨੀਫਾ ਦਾ ਫਤਵਾ। ਕਾਜਾਨੀ ਵੀ ਜਿਹਨਾਂ ਨੂੰ ਇਮਾਮ ਮੰਨਦੇ ਨੇ, ਮਿਰਜ਼ਾਈ ਜੀ ਨੂੰ ਇਮਾਮ ਮੰਨਦੇ ਨੇ, ਮਿਰਜ਼ਾ ਕਾਜਾਨੀ ਜੀ ਨੂੰ ਇਮਾਮ ਮੰਨਦਾ ਹੈ, ਇਮਾਮ ਆਲਮ ਅਬੂ ਹਨੀਫਾ। ਫਰਮਾਇਆ ਮਨ ਤਾਲਬ ਮੈਨੂੰ ਅਲਾਮਤ ਫਕਤ ਕਬਰ। ਓਏ ਹਜ਼ੂਰ ਦੇ ਬਾਦ ਜਿਸ ਕਿਸੇ ਨਬੂਵਤ ਦੇ ਦਾਅਵੇਦਾਰ ਤੋਂ ਦਲੀਲ ਪੁੱਛੀ ਉਹ ਵੀ ਕਾਫਿਰ। ਦਲੀਲ ਪੁੱਛਣ ਵਾਲਾ ਹੋਰ ਵੀ ਬੋਲੋ, ਦਲੀਲ ਪੁੱਛਣ ਵਾਲਾ ਸਾਰੇ ਬੋਲੋ ਛੇਕ ਕੇ ਉੱਚਾ, ਦਲੀਲ ਪੁੱਛਣ ਵਾਲਾ ਹਜ਼ੂਰ ਦੇ ਬਾਦ ਜਿਹੜਾ ਨਬੂਵਤ ਦਾ ਦਾਅਵਾ ਕਰੇ, ਉਸ ਨੂੰ ਜਿਹੜਾ ਦਲੀਲ ਪੁੱਛੇ, ਦਲੀਲ ਪੁੱਛਣ ਵਾਲਾ ਜਿਹੜਾ ਇਮਾਨ ਲਿਆਵੇ ਉਹ ਮੁਸਲਮਾਨ, ਤੇ ਜਿਹੜਾ ਇਮਾਨ ਲਿਆਵੇ ਮੁਸਲਮਾਨ। ਇਮਾਮ ਆਦਮ 14ਵੀਂ ਸਦੀ ਦਾ ਹੋਰ ਵੀ ਤਰੁਸਤੀ ਨਹੀਂ, ਉਹ ਇਮਾਮ ਹੈ ਫਿਕਾ ਦਾ, ਉਹ ਐਵੇਂ ਫਤਵਾ ਨਹੀਂ ਠੋਕਦੇ ਬੜੇ ਇਹਤਿਆਤ। ਇਮਾਮ ਆਦਮ ਦਾ ਕੌਲ ਇਹ, ਅਗਰ ਕੋਈ ਬੰਦਾ ਮੂੰਹ ਚ ਕਲਮਾ ਕੁਫਰ ਕੱਢੇ, 99 ਵਜ੍ਹਾ ਉਹਦੀਆਂ ਕੁਫਰ ਦੀਆਂ ਹੋਵਣ, ਇੱਕ ਵਜ੍ਹਾ ਵਿੱਚੋਂ ਐਸੀ ਵੀ ਨਿਕਲੇ ਜਿਹਦੇ ਨਾਲ ਕੁਫਰ ਨਹੀਂ ਬਣਦਾ, ਜਦ ਤੱਕ ਤੁਹਾਨੂੰ ਇਹ ਯਕੀਨ ਨਾ ਹੋਵੇ ਕਿ ਇਸਨੇ ਉਹ ਮਹਿਨਾ ਲਿਆ ਜਿਹੜਾ ਕੁਫਰ ਵਾਲਾ, ਉਦੋਂ ਤਾਈਂ ਕਾਫਿਰ ਨਾ ਆਖੋ, ਉਦੋਂ ਤਾਈਂ ਕਾਫਿਰ। ਇੱਥੇ ਇਮਾਮ ਸਾਹਿਬ ਫਤਵਾ ਪਾ ਦਿੰਦੇ ਨੇ, ਜੇ ਦਲੀਲ ਮੰਗੀ ਉਹ ਵੀ ਉਹਨੇ ਜ਼ੋਰ ਦੀ, ਜੇ ਦਲੀਲ ਮੰਗੀ ਉਹ ਵੀ। ਕਿਉਂ? ਇਸ ਵਾਸਤੇ ਕਿ ਦਲੀਲ ਮੰਗਣਾ ਇਹ ਸ਼ੱਕ ਦੀ ਅਲਾਮਤ, ਦਲੀਲ ਮੰਗਣਾ। ਦੋ ਤੇ ਦੋ ਕਿੰਨੇ ਹੁੰਦੇ? ਜਾਂ ਪੰਜ ਹੁੰਦੇ? ਦਲੀਲ ਪੁੱਛਣ ਦੀ ਲੋੜ ਹੈ? ਬੋਲੋ, ਦਲੀਲ ਉੱਥੇ ਹੁੰਦੀ ਜਿੱਥੇ ਤੱਕ ਗੁੰਜਾਇਸ਼ ਹੋ। ਮੈਂ ਜੀ ਮਿਸਾਲ ਦਿੰਦਾ ਰਹਿਣਾ, ਕੋਈ ਹਲਾਲੀ ਆਪਣੇ ਪਿਓ ਦਾ ਪੁੱਤਰ ਹੋਵੇ, ਤੂੰ ਕੋਈ ਬੰਦਾ ਆ ਕੇ ਆਖੇ ਤੂੰ ਹਲਾਲ ਦਾ ਨਾ, ਤੂੰ ਤਾਂ ਮੇਰਾ ਜਮਿਆ ਹੈ, ਆਪਣੇ ਪਿਓ ਦਾ ਨਾ ਮੇਰਾ ਹੈ। ਇਮਾਨ ਨਾਲ ਦੱਸਿਆ ਉਸ ਦਲੀਲ ਕੁਝ, ਅੱਛਾ ਜਨਾਬ ਕੀ ਦਲੀਲ ਹੈ? ਮੈਂ ਆਪਣੇ ਪਿਓ ਦਾ ਨਹੀਂ, ਤੁਹਾਡਾ ਲੁਤਫਾ ਕੀ ਦਲੀਲ ਹੈ? ਪੁੱਛੇਗਾ? ਬੋਲੋ ਨਾ, ਅਗਰ ਗੈਰਤ ਵਾਲਾ ਹੋਇਆ ਤਾਂ ਲਿਚੜ ਨਾ ਲਵੇਗਾ, ਆਖੇ ਹੁੰਦਾ ਕੌਣ ਹੈ ਤੂੰ ਮੇਰਾ ਪਿਓ ਬਣੇ ਨਾਲ? ਇਵੇਂ ਗੱਲ ਇਹ ਹੈ ਨਹੀਂ, ਨਬੀ ਉਮਤ ਦਾ ਬਾਪ ਹੈ, ਨਬੀ ਉਮਤ ਦਾ ਔਰ ਨਬੀ ਦੀ ਬੀਵੀ ਉਮਤ ਦੀਆਂ ਮਾਵਾਂ, ਅਜ਼ਵਾਜ ਉਮਮਾਤੁਹੁਮ। ਓ ਲੋਗੋ, ਮੇਰੇ ਨਬੀ ਦੀ ਬੀਵੀਆਂ ਤੁਹਾਡੀਆਂ ਮਾਵਾਂ ਤੇ ਨਬੀ ਤੁਹਾਡਾ ਬਾਪ। ਸਾਡਾ ਬਾਪ ਕੌਣ? ਮੁਹੰਮਦ ਮੁਸਤਫਾ। ਹੁਣ ਜਿਹੜਾ ਆਂਦਾ ਮੈਂ ਵੀ ਨਬੀ ਹਾਂ, ਉਹ ਸਾਡਾ ਬਾਪ ਬਣਦਾ ਹੈ। ਇਮਾਮ ਸਾਹਿਬ ਫਰਮਾਇੰਦੇ ਸਾਡੀ ਵਾਸਤੇ ਉਹ ਇੱਕੋ ਬਾਪ ਹੀ ਕਾਫੀ ਹੈ, ਜਿਹੜਾ ਹਲਾਲੀ ਹੈ ਉਸ ਨੂੰ ਦਲੀਲ ਮੰਗਣ ਦੀ ਲੋੜ ਹੀ, ਤੇ ਜਿਹਨੂੰ ਆਪਣੇ ਹਲਾਲੀ ਹੋਣ ਵਿੱਚ ਸ਼ੱਕ ਹੋ ਸੀ ਉਹ ਹੀ ਦਲੀਲ ਪੁੱਛ ਸੀ ਨਾ। ਇਸ ਵਾਸਤੇ ਫਰਮਾਇਆ ਹਜ਼ੂਰ ਤੇ ਰਾਤ ਜਿਸ ਤਬੂਆ ਦਾ ਦਾਵਾ ਕੀਤਾ, ਜਿਸ ਦਲੀਲ ਮੰਗੀ, ਦਲੀਲ ਮੰਗਣ ਨਾਲ ਕਾਫਿਰ ਹੋ ਗਿਆ। ਮੇਰੇ ਦੋਸਤੋ ਬਜ਼ੁਰਗੋ, ਇਹ ਮਸਲਾ ਕੋਈ ਮਾਮੂਲੀ ਨਹੀਂ। ਇਸ ਮਸਲੇ ਦੀ ਹਿਫਾਜ਼ਤ ਵਾਸਤੇ ਸਿੱਦੀਕ ਅਕਬਰ ਨੇ 1200 ਸਹਾਬਾ ਕੁਰਬਾਨ ਕਰਾਇਆ। ਅੱਜ ਅਬੂ ਬਕਰ ਸਿੱਦੀਕ ਹੁੰਦੇ ਤੁਹਾਨੂੰ 87 ਵਾਲੇ ਨੂੰ ਮਿਰਜ਼ਾਈਆਂ ਨਾਲ ਰਲ ਕੇ ਖਾਵਣ ਪੀਵਣ ਦਿੰਦੇ? ਕਿਉਂ ਜੀ? ਅਬੂ ਬਕਰ ਉਸ ਵਕਤ ਤੱਕ ਆਰਾਮ ਨਾਲ ਸਾਹ ਨਾ ਲੈਂਦੇ ਜਦ ਤੱਕ ਇਹਨਾਂ ਕਾਜਾਨੀਆਂ ਦਾ ਸਰ ਕਲਮ ਨਾ ਹੋ ਜਾਂਦਾ, ਜਾਂ ਜਦ ਤੱਕ ਇਹ ਤੌਬਾ ਕਾਇਮ ਨਾ ਹੋ ਜਾਂਦੇ। ਸਿੱਦੀਕ ਅਕਬਰ ਨੇ ਜੰਗ ਕੀਤੀ ਮੁਸਲਮਾਨ ਦੇ ਜ਼ੋਬ ਨਾਲ। ਸੁਣੋ ਮਿਰਜ਼ਾਈਓ, ਤੁਸੀਂ ਕਹਿੰਦੇ ਹੋ ਅਜੀ ਅਬੂ ਬਕਰ ਨੇ ਜੰਗ ਕੀਤੀ ਆ ਮੁਸਲਮਾਨ ਨਾਲ, ਇਸ ਵਾਸਤੇ ਨਾ ਕਿ ਉਹ ਨਬੂਵਤ ਦਾ ਦਾਅਵਾ ਕੀਤਾ, ਉਹ ਬਾਗੀ ਆਏ, ਬਾਗੀ ਦੀ ਸਜ਼ਾ ਦਿੱਤੀ। ਆਓ ਪੜ੍ਹੇ ਲਿਖੇ ਵੀ ਬੈਠੇ ਹੋ, ਮੁਸਲਮਾਨ ਕਦਾਬ
اس حضور کی زندگی میں نبوت عطا ہوئی، اس نے اپنے دو ایلچی گلے خط دے کے، خط کا عنوان بھی لکھیا من مسلمتا رسول اللہ الی محمد رسول اللہ، خط لکھتا پیا میں مسلمہ اللہ دا رسول کنے وال، محمد اللہ دے رسول وال، یہ خط کا عنوان ہے. وہ حضور نے رسول منتا کوئی نہ، بولو حضور رسول منیا نہ منیا، لیکن نال اس آخیا میں بھی اللہ دا رسول ہوں. خط لکھ کے گلیا، جہے ایلچی لے گئے نبی پاک کے خط پڑھیا سنیا تے پوچھیا تسی دسو جہے تسی یہ خط لے آئے ہو تسی بھی مسلمان نبی منتے ہو؟ انہیں آخیا مننے. نبی پاک فرمایا پھر تہاڈا حکم ہے قتل، تہاڈا قتل کر دیتا جائے. ایمان لے اسی وہ بھی مرتد تے مرتد دی سزا قتل، لیکن فرمایا چونکہ تسی ایلچی ہو تے عرب دا دستور ہے کہ ایلچی نو سنیہو نو قتل نہیں کر دے، اگر تسی ایلچی نہ ہوں دے میں تن قتل کرا دی. مہا سیر اس پیغام لے کے چلے گئے حضور جی وفات ہو. ابو بکر صدیق کی خلافت آئی، صدیق اکبر نے فوج تیار کی، اس مسلمے نال لڑائی لڑی، 22,000 وہ مرتد قتل کیتے. کتنے پڑھے لکھے بیٹھے ہو چودھری بھی اس زمانے کا 22,000، جدو آبادی ایڈی نہ آج کی آبادی کی نسبت 22 لاکھ تو زیادہ ہو سکتے نہیں، کی خیال ہے تمہارا؟ ادو آبادی ایڈی آ، آج تو 1500 سال پہلے آبادی اتنی تو نہ 22,000 مرتدوں کی گردنا لائیاں کوئی پرواہ نہیں، اور 1200 صحابہ شہید، کتنے؟ 1200، جنہ میں 500-600 قرآن دے حافظ تے قاری شہید، 313 بدری صحابہ، اور جنہ دی شان رب نے قرآن میں بیان کیتی بدر والے دی، ابو بکر نے وہ بھی اس جنگ میں جھونک دیتے، وہ بھی شہید ہو گئے. 1200 صحابہ شہید کرائے، اور نبی دے ختم نبوت عقیدے دی حفاظت کیتی. اوے 87 دے مسلمانوں، قادیانیاں نال ورتن والے ہو، اپنے رشتہ داریاں نبھان والے ہو، کی جواب دیو گے قیامت ال دے محمد مصطفیٰ دے سامنے، صدیق اکبر دے سامنے؟ ابو بکر آکھے گا میں تے 500-600 حافظ قربان کرا چھتے، میں تے بدری صحابہ قربان کرا چھتے، میں تو اتنے وقت روٹی نہ کھاتی، میں تو اتنی دیر نیند کیتی جدو تک جھوٹی نبوت دے فتنے نو ختم نہ کیتا. تسی رل کے کھاندے آئے، بھکے پٹتے آئے، دعوتاں کھاندے آئے، انہاں دیاں دکاناں تے جاندے آئے، انہاں دے ڈاکٹراں تے حکیماں کول جاندے آئے، سودے لیندے آئے، اور کوئی مرتد کوئی جھوٹے نبی دا امتی کسے اسلامی ملک وچ 3 دن تو زائد نہیں رہ سکتا، 3 دن تو زائد نہیں رہ سکتا. ہندو رہ سکتا ہے، عیسائی رہ سکتا ہے، یہودی رہ سکتا ہے، سکھ رہ سکتا ہے، جھوٹا نبی تے اوندا امتی کیوں؟ وہ مرتد تھے، انہاں دی سزا قتل ہے. مرتد 7 دن باغی نو، مرتد 7 دن جو حکومت دا باغی ہوئے حکومت نو معاف کر دی؟ بولو نا. اور کسی حکومت دا کوئی باغی ہوئے حکومت دا باغی نو حکومت معاف کر دی ہے؟ باغی دی سزا موت، باغی دی سزا. مرتد ہوندا اسلام دا باغی، اسلام وچ وڑ کے اسلام دی بغاوت کردا ہے، داخل ہو کے بغاوت کر رہا ہے، لہذا مرتد دی سزا قتل.